ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਫਿਰ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਨੂੰ ਤੁਸੀਂ ਲੇਡੀਜ਼ ਕੋਟੀ ਜੈਂਟਸ ਕੋਟੀ ਬੱਚਿਆਂ ਦੀ ਕੋਟੀ ਤੇ ਕਿਤੇ ਵੀ ਪਾ ਸਕਦੇ ਜੀ ਹਰ ਕੋਟੀ ਤੇ ਡਿਜ਼ਾਈਨ ਪੈ ਜਾਏਗਾ ਤੇ ਹਰ ਇੱਕ ਕਲਰ ਤੇ ਇਹ ਵਾਲਾ ਡਿਜ਼ਾਈਨ ਜਿਹੜਾ ਪੈ ਜਾਏਗਾ ਤੁਸੀਂ ਇਸ ਨੂੰ ਲਾਈਟ ਕਲਰ ਡਾਰਕ ਕਲਰ ਕਿਸੇ ਵੀ ਕਲਰ ਤੇ ਪਾ ਸਕਦੇ ਜੀ ਇਵਨ ਤੁਸੀਂ ਇਸ ਨੂੰ ਬਲੈਕ ਔਰ ਬ੍ਰਾਊਨ ਕਲਰ ਤੇ ਵੀ ਪਾ ਸਕਦੇ ਜੇ ਇਹ ਬਹੁਤ ਪਿਆਰਾ ਡਿਜ਼ਾਈਨ ਹੈ ਮੈਂ ਇੱਥੇ ਫਿਰੋਜ਼ੀ ਕਲਰ ਤੇ ਪਾ ਰਹੀ ਹਾਂ ਇਹ ਲਾਈਟ ਕਲਰ ਹੈ ਤੁਸੀਂ ਇਸ ਨੂੰ ਡਾਰਕ ਤੇ ਵੀ ਪਾ ਸਕਦੇ ਜੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਚਾਰ-ਚਾਰ ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣਗੇ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਤਿੰਨ ਕੁੰਡੇ ਸੀ ਗੈਪ ਵਾਸਤੇ ਪਾਉਣੇ ਆ ਤੇ ਦੋ ਕੁੰਡੇ ਜਿਹੜੇ ਦੋਨਾਂ ਸਾਈਡਾਂ ਤੇ ਐਗਜ਼ਿਟ ਪਾਉਣੇ ਆ ਵੈਸੇ ਜੇ ਤੁਸੀਂ ਚਾਰ-ਚਾਰ ਦੇ ਹਿਸਾਬ ਨਾਲ ਕੁੰਡੇ ਪਾ ਕੇ ਇੱਕ ਕੁੰਡਾ ਵਾਧੂ ਪਾ ਲੋਗੇ ਤੇ ਫੇਰ ਵੀ ਤੁਹਾਡਾ ਡਿਜ਼ਾਈਨ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਤੇ ਇਹ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਵੀਡੀਓ ਪਹਿਲੀ ਵਾਰ ਹੀ ਵੇਖ ਰਹੇ ਜੇ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਜੇ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਨਾਲ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਕਿ ਨਵੀਆਂ ਵੀਡੀਓ ਜਿਹੜੀਆਂ ਜੋ ਹੀ ਕੋਈ ਵੀ ਮੈਂ ਵੀਡੀਓ ਅਪਲੋਡ ਕਰਾਂ ਮੈਂ ਹਰ ਰੋਜ਼ ਇੱਕ ਡਿਜ਼ਾਈਨ ਦੀ ਵੀਡੀਓ ਅਪਲੋਡ ਕਰਦੀ ਆ ਤੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਤੇ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਕਮੈਂਟ ਕਰਿਆ ਕਰੋ ਕਮੈਂਟ ਕਰਕੇ ਆਪਣੀ ਰਾਏ ਵੀ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਾਂਗੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ 6 ਸਲਾਈਆਂ ਦਾ ਡਿਜ਼ਾਈਨ ਆ ਤੇ ਦੁਬਾਰਾ ਅਸੀਂ ਉਹਨੂੰ ਬਣਾਵਾਂਗੇ ਤੇ ਉਹ 12 ਸਲਾਈਆਂ ਦੇ ਵਿੱਚ ਕੰਪਲੀਟ ਹੋਏਗਾ। ਵੈਸੇ ਡਿਜ਼ਾਈਨ ਜਿਹੜਾ ਹੈ ਉਹ 6 ਸਲਾਈਆਂ ਵਿੱਚ ਬਣ ਜਾਏਗਾ। ਹੁਣ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ। ਪਹਿਲਾ ਕੁੰਡਾ ਉਤਾਰ ਲਿਆ। ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ। 1 2 3 ਤਿੰਨ ਕੁੰਡੇ ਉਲਟੇ ਬਣਾ ਲੈ ਧਾਗਾ ਪਿੱਛੇ ਕਰਾਂਗੇ। ਹੁਣ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕਰ ਲੈਣੇ ਆਂ ਵੇਖੋ। ਇੱਕ ਵਾਰੀ ਉਹਨ ਲਿਆ। ਫਿਰ ਇੱਥੇ ਇਸ ਤਰ੍ਹਾਂ ਕਰਕੇ ਇੱਕ ਵਾਲ ਪਾ ਦੇਣਾ ਤੇ ਇਸੇ ਕੁੰਡੇ ਨੂੰ ਅਸੀਂ ਦੁਬਾਰਾ ਔਣ ਲੈਣਾ ਇੱਕ ਕੁੰਡੇ ਤੋਂ ਸਾਡੇ 3 ਕੁੰਡੇ ਹੋਗੇ ਇਹੀ ਚਾਰ ਕੁੰਡੇ ਅਸੀਂ ਬਾਰ ਬਾਰ ਰਿਪੀਟ ਕਰਨੇ ਆ ਵੇਖੋ ਕਿਸ ਤਰ੍ਹਾਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਤਿੰਨ ਕੁੰਡੇ ਉਲਟੇ ਬਣਾਵਾਂਗੇ ਫਿਰ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ ਇਹੀ ਚਾਰ ਕੁੰਡੇ ਆਪਾਂ ਸਾਰੀ ਸਲਾਈ ਦੇ ਵਿੱਚ ਰਿਪੀਟ ਕਰਨੇ ਆ 1 2 ਤੇ 3 ਤਿੰਨ ਕੁੰਡੇ ਉਲਟੇ ਬਣਾ ਲਏ ਧਾਗਾ ਪਿੱਛੇ ਕਰ ਲਿਆ ਸੌਰੀ ਫਿਰ ਆਪਾਂ ਇੱਕ ਗੁੰਡੇ ਨੂੰ ਲਵਾਂਗੇ ਇਸ ਤਰ੍ਹਾਂ ਸਿੱਧਾ ਬਣਾ ਲਿਆ ਸਲਾਈ ਦੇ ਉੱਪਰੋਂ ਨਹੀਂ ਉਤਾਰਨਾ ਵਿੱਚ ਇੱਕ ਇਸ ਤਰ੍ਹਾਂ ਕਰਕੇ ਵਾਲ ਪਾਤਾ ਤੇ ਇੱਕ ਵਾਰੀ ਦੁਬਾਰਾ ਉਨਤਾ ਇੱਕ ਗੁੰਡੇ ਤੋਂ ਤਿੰਨ ਗੁੰਡੇ ਹੋਗੇ ਧਾਗਾ ਅੱਗੇ ਕਰਾਂਗੇ 1 2 3 ਉਲਟੇ ਧਾਗਾ ਪਿੱਛੇ ਫਿਰ ਇੱਕ ਗੁੰਡੇ ਤੋਂ ਤਿੰਨ ਗੁੰਡੇ ਇੱਕ ਵਾਰੀ ਬੁਨ ਲਿਆ ਦੁਬਾਰਾ ਵਾਲ ਪਾ ਲਿਆ ਦੁਬਾਰਾ ਉਨ ਲਿਆ ਫਿਰ ਲਾਸਟ ਦੇ ਤਿੰਨ ਗੁੰਡੇ ਸੀ ਉਲਟੇ ਬਣਾਵਾਂਗੇ ਡਿਜ਼ਾਈਨ ਨੂੰ ਇਕੁਅਲ ਕਰਨ ਦੇ ਲਈ ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਸਿੱਧਾ ਬਣਾ ਲੈਣਾ ਮੈਂ ਉਲਟੀ ਸਲਾਈ ਤੇ ਹੋਰ ਦੂਸਰੀ ਸਲਾਈ ਤੇ ਆ ਗਏ ਆ ਇਹਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਤਿੰਨ ਕੁੰਡੇ ਸਿੱਧੇ ਬਣਾ ਲੈ ਧਾਗਾ ਆਪਣੀ ਵਾਲੀ ਸਾਈਡ ਕਰ ਲਿਆ ਇਹ ਜਿਹੜੇ ਇੱਕ ਕੁੰਡੇ ਤੋਂ ਆਪਾਂ ਤਿੰਨ ਕੁੰਡੇ ਕੀਤੇ ਸੀ ਇਹਨਾਂ ਨੂੰ ਅਸੀਂ ਉਲਟੇ ਹੁਣ ਲੈਣਾ 1 2 ਤੇ 3 ਇਹੀ ਛੇ ਕੁੰਡੇ ਸਿਰ ਪੇਟ ਕਰਨੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੇ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉਲਟੇ ਜਿਹੜੇ ਆਪਾਂ ਇੱਕ ਕੁੰਡੇ ਤੋਂ ਤਿੰਨ ਕੁੰਡੇ ਕੀਤੇ ਸੀ ਫਿਰ ਤਿੰਨ ਸਿੱਧੇ ਇੱਥੇ ਸਾਡੇ ਕੋਲੋਂ ਤਿੰਨ ਕੁੰਡੇ ਜਿਹੜੇ ਉਹ ਵੱਧ ਗਏ ਆ ਦੋ ਕੁੰਡੇ ਸੌਰੀ ਦੋ ਦੋ ਕੁੰਡੇ ਵੱਧ ਗਏ ਇੱਕ ਕੁੰਡਾ ਸਾਡੇ ਕੋਲ ਪਹਿਲਾਂ ਹੈਗਾ ਸੀ ਤੇ ਅਸੀਂ ਉਹਦੇ ਤੋਂ ਤਿੰਨ ਗੁੰਡੇ ਬਣਾ ਲਏ ਦੋ ਗੁੰਡੇ ਸਾਡੇ ਕੋਲ ਉਹ ਵੱਧ ਗਏ लास्ट ਤੇ ਫਿਰ ਸਾਡੇ ਕੋਲੋਂ ਤਿੰਨ ਗੁੰਡੇ ਸਿੱਧੇ ਆਉਣਗੇ ਤੇ ਲਾਸਟ ਵਾਲਾ ਉਲਟਾ ਦੂਸਰੀ ਸਲਾਈ ਬਣ ਗਈ ਡਿਜ਼ਾਈਨ ਦੀ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧੱਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਧੱਗਾ ਪਿੱਛੇ ਕਰਾਂਗੇ ਇਹ ਜਿਹੜੇ ਇੱਕ ਤੋਂ ਤਿੰਨ ਗੁੰਡੇ ਆਪਾਂ ਬਣਾਏ ਸੀ ਇਹਨਾਂ ਨੂੰ ਫਿਰ ਸਿੱਧੇ ਬਣਾਵਾਂਗੇ ਇੱਕ 2 3 ਧਾਗਾ ਆਪਣੀ ਵਾਲੀ ਸਾਈਡ ਕਰਾਂਗੇ 1 2 3 ਉਲਟੇ ਫਿਰ ਧਾਗਾ ਪਿੱਛੇ 3 ਗੁੰਡੇ ਸਿੱਧੇ ਜਿਹੜੇ ਆਪਾਂ 1 ਤੋਂ 3 ਕੀਤੇ ਸੀ ਉਹਨਾਂ ਨੂੰ ਇਸ ਵਾਰ ਸਿੱਧੇ ਬਣਾਵਾਂਗੇ ਫਿਰ 3 ਉਲਟੇ ਧਾਗਾ ਪਿੱਛੇ 3 ਸਿੱਧੇ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ 6 ਸਲਾਈਆਂ ਵਿੱਚ ਕੰਪਲੀਟ ਹੋ ਜਾਏਗਾ ਲਾਸਟ ਵਾਲਾ ਗੁੰਡਾ ਸਿੱਧਾ ਤੀਸਰੀ ਸਲਾਈ ਵੀ ਬਣ ਗਈ ਹੈ ਡਿਜ਼ਾਈਨ ਦੀ ਚੌਥੀ ਸਲਾਈ ਹੋਣ ਬਣਾਵਾਂਗੇ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਪਿੱਛੇ ਕਰਾਂਗੇ ਆਪਣਾ ਤਿੰਨ ਗੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਧਾਗਾ ਪਿੱਛੇ ਤਿੰਨ ਗੁੰਡੇ ਸਿੱਧੇ ਅੱਗੇ ਤਿੰਨ ਕੁੰਡੇ ਉਲਟੇ ਚੌਥੀ ਸਲਾਈ ਬਣ ਰਹੀ ਹੈ ਡਿਜ਼ਾਈਨ ਦੀ ਛੇ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਤੇ ਵੀਡੀਓ ਤੁਸੀਂ ਐਂਡ ਤੱਕ ਵੇਖਿਆ ਕਰੋ ਡਿਜ਼ਾਈਨ ਜਿਹੜਾ ਫੇਰੀ ਪੂਰਾ ਸਮਝ ਆਉਂਦਾ ਹੈ ਜੇ ਤੁਸੀਂ ਅੱਧ ਵਿੱਚ ਛੱਡ ਦੋਗੇ ਜਾਂ ਸਕਿੱਪ ਕਰੋਗੇ ਤੇ ਤੁਹਾਡਾ ਡਿਜ਼ਾਈਨ ਜਿਹੜਾ ਉਹ ਗਲਤ ਵੀ ਹੋ ਸਕਦਾ ਹੈ ਤੇ ਤੁਸੀਂ ਜਦੋਂ ਵੀ ਡਿਜ਼ਾਈਨ ਬਣਾਉਣਾ ਇਸ ਤਰ੍ਹਾਂ ਥੋੜੇ ਜਿੰਨੇ ਕੁੰਡੇ ਪਾ ਕੇ ਹਰ ਡਿਜ਼ਾਈਨ ਤੁਸੀਂ ਬਣਾ ਕੇ ਦੇਖ ਲੈਣਾ ਹੈ ਕਿ ਤੁਹਾਡੀ ਜਿਹੜੀ ਬੂਲ ਹੈ ਕਲਰ ਹੈ ਤੁਹਾਡਾ ਉਹਦੇ ਤੇ ਡਿਜ਼ਾਈਨ ਇਹ ਜਾਚ ਰਿਹਾ ਜਾਂ ਨਹੀਂ ਜਾਚ ਰਿਹਾ ਇਹ ਆਪਾਂ 4 ਸਲਾਈਆਂ ਹੁਣ ਬਣਾ ਲਿਆ ਨੇ ਹੁਣ ਅਸੀਂ DNA ਵਾਂਗੇ ਡਿਜ਼ਾਈਨ ਦੀ ਪੰਨਵੀ ਸਲਾਈ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਕੁੰਡੇ ਉੱਤੇ ਹੁਣ ਧਾਗਾ ਬੈਕ ਸਾਈਡ ਕਰਾਂਗੇ ਹੁਣ ਵੇਖੋ ਇਹ ਕੁੰਡੇ ਨੂੰ ਆਪਾਂ ਕੀ ਕਰਨਾ ਪਹਿਲਾਂ ਆਪਾਂ ਇਹ ਸੈਂਟਰ ਵਾਲਾ ਕੁੰਡਾ ਜਿਹੜਾ ਇਹਨੂੰ ਲੈ ਲੈਣਾ ਇਸ ਤਰ੍ਹਾਂ ਕਰਕੇ ਇਹ ਵਾਲੇ ਸੈਂਟਰ ਵਾਲੇ ਕੁੰਡੇ ਨੂੰ ਤੇ ਇਹ ਵਾਲੇ ਕੁੰਡੇ ਨੂੰ ਇਸ ਤਰ੍ਹਾਂ ਕਰਕੇ ਆਪਾਂ ਲੈ ਲੈਣਾ ਵਾ ਤੇ ਫਿਰ ਇਹ ਵਾਲੇ ਕੁੰਡੇ ਨੂੰ ਲੈਣਾ ਇੰਨਾ ਤਿੰਨਾ ਕੁੰਡਿਆਂ ਨੂੰ ਹੁਣ ਅਸੀਂ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਤਿੰਨ ਕੁੰਡਿਆਂ ਤੋਂ ਇੱਕ ਕਰਤਾ ਹੁਣ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉੱਤੇ ਫੇਰ ਧਾਗਾ ਪਿੱਛੇ ਕਰਾਂਗੇ ਪਹਿਲਾਂ ਇਹ ਸੈਂਟਰ ਵਾਲਾ ਇਹ ਇੱਧਰ ਸਾਈਡ ਵਾਲਾ ਕੁੰਡਾ ਲਵਾਂਗੇ ਇਸ ਤਰ੍ਹਾਂ ਕਰਕੇ ਫਿਰ ਇਹ ਵਾਲੇ ਕੁੰਡੇ ਨੂੰ ਲਵਾਂਗੇ ਤਿੰਨਾਂ ਕੁੰਡਿਆਂ ਨੂੰ ਸਲਾਈ ਤੇ ਪਾ ਕੇ ਇਹਦੇ ਨਾਲ ਕੀ ਹੋਏਗਾ ਸਾਡਾ ਸੈਂਟਰ ਵਾਲਾ ਕੁੰਡਾ ਜਿਹੜਾ ਉਹ ਫਰੰਟ ਤੇ ਆ ਜਾਏਗਾ ਤਿੰਨ ਕੁੰਡਿਆਂ ਤੋਂ ਅਸੀਂ ਇੱਕ ਕੁੰਡਾ ਕਰ ਦੇਣਾ ਪਹਿਲੋਂ ਵੀ ਸਾਡੇ ਕੋਲ ਇੱਕ ਕੁੰਡਾ ਸੀ ਫਿਰ ਅਸੀਂ ਇੱਕ ਕੁੰਡਾ ਕਰ ਦਿੱਤਾ ਫਿਰ ਤਿੰਨ ਕੁੰਡੇ ਉਲਟੇ ਧਾਗਾ ਪਿੱਛੇ ਫਿਰ ਐ ਵੇਖੋ ਇਸ ਤਰ੍ਹਾਂ ਤੁਸੀਂ ਜਦੋਂ ਲਓਗੇ ਇਹ ਵਾਲੇ ਕੁੰਡੇ ਨੂੰ ਪਹਿਲਾਂ ਸਲਾਈ ਦੇ ਉੱਪਰ ਤੇ ਤੁਹਾਡਾ ਫਰੰਟ ਵਾਲਾ ਕੁੰਡਾ ਜਿਹੜਾ ਇਹ ਅੱਗੇ ਆ ਜੀ। ਇਸ ਕੁੰਡੇ ਨੂੰ ਅੱਗੇ ਲਿਉਣ ਵਾਸਤੇ ਅਸੀਂ ਇਸ ਤਰ੍ਹਾਂ ਹੁਣਾਗੇ। ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਤਾ ਫਿਰ ਤਿੰਨ ਕੁੰਡੇ ਉਲਟੇ। ਧੱਗਾ ਪਿੱਛੇ ਲਾਸਟ ਵਾਲਾ ਕੁੰਡਾ ਸਿੱਧਾ। ਇਸ ਤਰ੍ਹਾਂ ਕਰਕੇ ਹੁਣ ਅਸੀਂ ਆ ਗਏ ਆ ਡਿਜ਼ਾਈਨ ਦੀ 6ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ। ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ 1 2 3 ਇੱਕ ਕੁੰਡਾ ਉਲਟਾ ਪੂਰੀ ਸਲਾਈ ਇਸੇ ਤਰ੍ਹਾਂ ਬਣਾਉਣੀ ਆ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਫਿਰ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਹ ਸਾਡੀਆਂ ਹੁਣ 6 ਸਲਾਈਆਂ ਬਣ ਗਈਆਂ ਨੇ ਤੇ ਇੱਥੇ ਤੁਸੀਂ ਧਿਆਨ ਇਹ ਰੱਖਣਾ ਆ ਜੇ ਤੇ ਤੁਸੀਂ ਇਹਦੇ ਉੱਪਰ ਉੱਪਰ ਹੀ ਡਿਜ਼ਾਈਨ ਪਾਉਣਾ ਆ ਤੇ ਫਿਰ ਤੁਸੀਂ ਇਹੀ 6 ਸਲਾਈਆਂ ਜਿਹੜੀਆਂ ਰਿਪੀਟ ਕਰਦੇ ਜਾਣਾ ਤੇ ਤੁਹਾਡਾ ਡਿਜ਼ਾਈਨ ਜਿਹੜਾ ਬਣਦਾ ਜਾਣਾ ਤੇ ਜੇਕਰ ਤੁਸੀਂ ਡਿਜ਼ਾਈਨ ਚੇਂਜ ਕਰਕੇ ਪਾਉਣਾ ਆ ਤੇ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਪਾਓਗੇ ਇੱਕ ਸਲਾਈ ਤੁਹਾਨੂੰ ਮੈਂ ਬਣਾ ਕੇ ਦਿਖਾ ਦੇਣੀ ਆ ਪਹਿਲਾ ਕੁੰਡਾ ਆਪਾਂ ਉਤਾਰ ਲੈਣਾ ਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਇੱਥੇ ਆਪਾਂ ਉਲਟਾ ਬਣਾਉਣਾ ਆ ਪਹਿਲਾਂ ਆਪਾਂ ਤਿੰਨ ਕੁੰਡੇ ਉਲਟੇ ਬਣਾਏ ਸੀ ਹੁਣ ਇੱਕ ਕੁੰਡਾ ਉਲਟਾ ਬਣਾਉਣਾ ਹੈ ਧਾਗਾ ਪਿੱਛੇ ਕਰਨਾ ਹੈ ਇੱਕ ਕੁੰਡਾ ਸਿੱਧਾ ਫਿਰ ਵਿੱਚ ਇਸ ਤਰ੍ਹਾਂ ਵਹਲ ਪਾ ਕੇ ਤੇ ਫੇਰ ਕੁੰਡੇ ਨੂੰ ਸਿੱਧਾ ਬਣਾ ਲੈਣਾ ਇੱਕ ਕੁੰਡੇ ਤੋਂ ਅਸੀਂ ਤਿੰਨ ਕੁੰਡੇ ਕਰਦੇ ਹੁਣ ਇਹਦੇ ਨਾਲ ਕੀ ਹੋਏਗਾ ਇਹ ਜਿਹੜਾ ਕੁੰਡਾ ਸਾਡਾ ਸੈਂਟਰ 'ਚ ਆ ਜਾਏਗਾ ਹੁਣ ਧਾਗਾ ਆਪਾਂ ਇੱਧਰ ਕਰਾਂਗੇ ਤਿੰਨ ਕੁੰਡੇ ਉਲਟੇ ਬਣਾਵਾਂਗੇ 1 2 ਤੇ 3 ਤਿੰਨ ਕੁੰਡੇ ਉਲਟੇ ਬਣਾ ਲੈ ਫੇਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡੇ ਤੋਂ ਤਿੰਨ ਕੁੰਡੇ ਕਰਾਂਗੇ। ਉਹਨਾਂ ਡਿਜ਼ਾਈਨ ਸਾਡਾ ਜਿਹੜਾ ਚੇਂਜ ਹੋ ਜਾਏਗਾ। ਫਿਰ ਤਿੰਨ ਕੁੰਡੇ ਉਲਟੇ। ਧਾਗਾ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ। ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡੇ ਉਲਟੇ। ਧਾਗਾ ਪਿੱਛੇ ਇੱਕ ਕੁੰਡੇ ਤੋਂ ਤਿੰਨ ਕੁੰਡੇ। ਫਿਰ ਆਖਰ ਤੇ ਇੱਕ ਕੁੰਡਾ ਸਾਡੇ ਕੋਲ ਉਲਟਾ ਆਏਗਾ ਤੇ ਲਾਸਟ ਵਾਲਾ ਕੁੰਡਾ ਜਿਹੜਾ ਸਿੱਧਾ ਆ ਜਾਏਗਾ ਇਸ ਤਰ੍ਹਾਂ ਤੁਸੀਂ ਡਿਜ਼ਾਈਨ ਜਿਹੜਾ ਉਹ ਚੇਂਜ ਕਰਕੇ ਬਣਾ ਸਕਦੇ ਜੇ ਪਹਿਲਾਂ ਡਿਜ਼ਾਈਨ ਇੱਥੇ ਬਣਾਇਆ ਹੁਣ ਡਿਜ਼ਾਈਨ ਜਿਹੜਾ ਇੱਥੇ ਬਣੇਗਾ ਜੇ ਤੁਸੀਂ ਇਸ ਦੇ ਉੱਪਰ ਉੱਪਰ ਬਣਾਉਣਾ ਚਾਹੁੰਦੇ ਹੋ ਤੇ ਉੱਪਰ ਉੱਪਰ ਵੀ ਬਣਾ ਸਕਦੇ ਹੋ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਜੇਕਰ ਵੀਡੀਓ ਪਸੰਦ ਆਉਂਦੀ ਹੈ ਤੇ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਇਸੇ ਤਰ੍ਹਾਂ ਦੇ ਸੌਖੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਦੇ ਵਿੱਚ ਧੰਨਵਾਦ